डेली पोस्ट पंजाबी देख रहे हो तुसी ते मैं हाँ कुंवरजोत सिंह। पंजाब सरकार ने जो है ਵਿਆਹਾਂ ਤੇ ਰੈਸਟ੍ਰਿਕਸ਼ਨ ਲਾਈ ਹੋਈ ਆ ਵੀ ਸਿਰਫ 20 ਲੋਕੀ ਹੀ ਵਿਆਹ ਨੂੰ ਅਟੈਂਡ ਕਰ ਸਕਦੇ ਆ, ਪਰ ਦੇਖ ਸਕਦੇ ਹੋ ਇਸ ਸਮੇਂ ਲੁਧਿਆਣੇ ਦੀਆਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਇੱਕ ਪੰਡਾਲ 'ਚ ਵਿਆਹ ਹੁੰਦਾ ਅਤੇ ਲਗਭਗ 150 ਬੰਦੇ ਉਸ ਵਿਆਹ 'ਚ ਜੋ ਹੈ ਕਿਸ ਤਰੀਕੇ ਨਾਲ ਹਾਜ਼ਰ ਹੁੰਦੇ ਆ ਅਤੇ ਕਿਸੇ ਨੇ ਜੋ ਹੈ ਮਾਸਕ ਵੀ ਨਹੀਂ ਪਾਇਆ ਹੋਇਆ। ਦੇਖ ਸਕਦੇ ਹੋ ਕਿੱਦਾਂ ਕੋਵਿਡ ਪ੍ਰੋਟੋਕੋਲਸ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਅਤੇ ਕੁਝ ਕੁ ਲੋਕ ਇਹ ਵੀ ਕਹਿ ਰਹੇ ਆ ਵੀ ਕਰੋਨਾ ਨਾਂ ਦੀ ਤਾਂ ਕੋਈ ਚੀਜ਼ ਹੀ ਨਹੀਂ ਹੁੰਦੀ। ਦੇਖ ਸਕਦੇ ਹੋ ਕਿਸ ਹਿਸਾਬ ਨਾਲ ਜੋ ਸੋਸ਼ਲ ਡਿਸਟੈਂਸਿੰਗ ਦੀਆਂ ਇੱਥੇ ਧੱਜੀਆਂ ਉੜ ਰਹੀਆਂ ਅਤੇ ਜਦੋਂ ਪੱਤਰਕਾਰ ਇੱਥੇ ਆਪਣਾ ਕੈਮਰਾ ਲੈ ਕੇ ਜਾਂਦਾ ਅਗਰ ਰਿਕਾਰਡਿੰਗ ਕਰਦਾ ਤਾਂ ਕਿੱਦਾਂ ਲੋਕ ਭੱਜਦੇ ਭੱਜਦੇ ਜਦੋਂ ਇਹ ਪੰਡਾਲ 'ਚੋਂ ਬਾਹਰ ਆਉਂਦੇ ਆ। ਦੇਖ ਸਕਦੇ ਹੋ ਕਿਸ ਹਿਸਾਬ ਨਾਲ ਧੱਜੀਆਂ ਉੜ ਰਹੀਆਂ। ਅਗਰ ਗੱਲ ਕਰੀਏ ਲੁਧਿਆਣੇ ਦੀ ਤਾਂ ਕੱਲ੍ਹ 1350 ਮਾਮਲੇ ਜੋ ਹੈ ਸਾਹਮਣੇ ਆਉਂਦੇ ਆ, 18 ਜੋ ਹੈ ਕਰੋਨਾ ਵਾਇਰਸ ਦੇ ਕਰਕੇ ਮੌਤਾਂ ਹੋ ਜਾਂਦੀਆਂ, ਪਰ ਲੋਕ ਹਜੇ ਵੀ ਨਹੀਂ ਮੰਨ ਰਹੇ, ਲੋਕ ਹਜੇ ਵੀ ਕਰੋਨਾ ਨੂੰ ਜੋ ਹੈ ਮਜ਼ਾਕ ਸਮਝ ਰਹੇ ਆ। ਜੇ ਸਰਕਾਰ ਕੋਈ ਇਸੇ ਤਰ੍ਹਾਂ ਦੀ ਪਾਬੰਦੀਆਂ ਲਗਾ ਰਹੀਆਂ ਤਾਂ ਉਸਦਾ ਇਸ ਤਰੀਕੇ ਨਾਲ ਮਜ਼ਾਕ ਉਡਾਇਆ ਜਾ ਰਿਹਾ। ਤਸਵੀਰਾਂ ਉਹ ਤੁਸੀਂ ਨਾਨੋ ਲਾਲ ਦੇਖ ਰਹੇ ਹੋ। ਤੁਹਾਨੂੰ ਇਹ ਵੀ ਗੱਲ ਦੱਸਦੀ ਵੀ ਇਹਨਾਂ 'ਤੇ ਜੋ ਹੈ ਬਣਦੀ FIR ਵੀ ਦਰਜ ਹੋ ਚੁੱਕੀ ਹੈ ਅਤੇ ACP ਵਰਿਆਮ ਸਿੰਘ ਨੇ ਕਿਹਾ ਅਗਰ ਕੋਈ ਇਹੋ ਜਿਹਾ ਹੋਰ ਮਾਮਲਾ ਸਾਹਮਣਾ ਆਉਂਦਾ ਤਾਂ ਸਖ਼ਤ ਤੋਂ ਸਖ਼ਤ ਜੋ ਹੈ ਕਾਰਵਾਈ ਕੀਤੀ ਜਾਵੇਗੀ। ਪਰ ਗੱਲ ਇਹ ਵੈ ਹੁਣ ਲੋਕ ਕਰੋਨਾ ਨੂੰ ਜੋ ਹੈ ਮਜ਼ਾਕ ਸਮਝ ਰਹੇ ਆ ਅਤੇ ਜੇ ਸਰਕਾਰ ਨੇ ਕਿਹਾ ਸਿਰਫ 20 ਜਾਣੇ ਹੀ ਅਲਾਊਡ ਨੇ, ਉਹ ਵੀ ਉਹਨਾਂ ਨੂੰ ਜੋ ਹੈ ਪਰਮਿਸ਼ਨ ਲੈ ਕੇ ਹੀ ਵਿਆਹ ਹੋ ਸਕਦਾ, ਪਰ ਕਿਸ ਹਿਸਾਬ ਨਾਲ ਲੋਕ ਜੋ ਹੈ ਇਸ ਤਰੀਕੇ ਨਾਲ ਗੈਦਰਿੰਗਸ ਕਰ ਰਹੇ ਆ। ਪੈਲਸਾਂ 'ਚ ਵੀ ਗੱਲ ਕਰੀਏ ਤਾਂ ਵੱਡੇ ਵੱਡੇ ਜੋ ਹੈ ਵਿਆਹ ਹੋ ਰਹੇ ਨੇ ਜਿੱਥੇ ਵੱਡੀਆਂ ਵੱਡੀਆਂ ਗੈਦਰਿੰਗਸ ਹੋ ਰਹੀਆਂ। ਹੁਣ ਤੁਸੀਂ ਮੌਕੇ ਦੀਆਂ ਤਸਵੀਰਾਂ ਇੱਕ ਵਾਰੀ ਦੇਖੋ। ਕੱਲ COVID-19 ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਸੀ ਹੋਈ। ਇੱਕ ਮਹਾਂਵੀਰ ਸਾਡੇ ਜੰਝ ਘਰ ਆ ਇੱਥੇ ਧਰਮਸ਼ਾਲਾ, ਉਹਦੇ ਵਿੱਚ ਇੱਕ ਵਿਆਹ ਹੋ ਰਿਹਾ ਸੀ ਜਿਹਦੇ ਵਿੱਚ ਤਕਰੀਬਨ 100 ਤੋਂ 150 ਬੰਦਾ ਸੀ ਵਿਆਹ ਦੇ ਵਿੱਚ ਆਇਆ ਹੈ। ਤਾਂ ਉਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਕੱਲ੍ਹ ਮਹਾਂਵੀਰ ਜੰਝ ਘਰ ਦਾ ਮੈਨੇਜਰ ਹੈ ਜਸਵੀਰ, ਤਾਂ ਇੱਕ ਲੜਕੇ ਵਾਲੇ ਆ ਭਰਤ ਕੁਮਾਰ ਅਤੇ ਪੁਸ਼ਕਰ ਨਾਥ ਉਹਦੇ ਫਾਦਰ ਨੇ, ਪਲੱਸ ਲੜਕੀ ਦੇ ਪਿਤਾ ਨੇ ਓਮ ਪ੍ਰਕਾਸ਼, ਅਤੇ ਸਾਰੇ ਕੂਚੇ ਦੇ ਰਹਿਣ ਵਾਲੇ ਨੇ ਮਹਾ ਇਸਲਾਮਗੰਜ ਦੇ। ਇਹਨਾਂ ਦੇ ਖਿਲਾਫ਼ ਅਸੀਂ ਕੱਲ੍ਹ 188-269 ਐਪੀਡੈਮਿਕ ਐਕਟ ਦੇ ਤਹਿਤ ਮੁਕੱਦਮਾ ਦਰਜ ਰਜਿਸਟਰ ਕਰ ਲਿਆ, ਪਲੱਸ ਜਿਹੜੇ ਅਨਨੋਨ ਬੰਦੇ ਨਾਲ ਹੋਰ ਉਹਨਾਂ ਦੇ ਖਿਲਾਫ਼। ਦੇਖੋ, ਲੋਕਾਂ ਨੂੰ ਰੋਜ਼ ਇਸ ਗੱਲ ਲਈ ਅਖਬਾਰਾਂ 'ਚ ਤੁਹਾਡੇ ਜ਼ਰੀਏ ਸਾਡੇ ਵੱਲੋਂ ਈਵਨ ਹਰ SHO ਵੱਲੋਂ ਰੋਜ਼ ਮਾਈਕ 'ਤੇ ਇਹਨਾਂ ਲੋਕਾਂ ਨੂੰ ਦੱਸਿਆ ਜਾਂਦਾ। ਲੁਧਿਆਣੇ 'ਚ ਕੱਲ੍ਹ ਵੀ ਦੇਖੋ ਕਿੰਨੀਆਂ ਮੌਤਾਂ ਹੋਈਆਂ ਨੇ ਔਰ ਕਿੰਨੇ ਪੋਜ਼ਿਟਿਵ ਨੇ, 1300 ਸਮਥਿੰਗ। ਤਾਂ ਇਹਨਾਂ ਲੋਕਾਂ ਨੂੰ ਰੋਜ਼ ਅਪੀਲ ਕੀਤੀ ਜਾਂਦੀ ਹੈ ਕਿ ਘੱਟੋ ਘੱਟ ਸੋਸ਼ਲ ਡਿਸਟੈਂਸ ਅਤੇ ਮਾਸਕ ਬਣਾ ਕੇ ਰੱਖੋ। ਵਿਆਹਾਂ ਦੇ ਵਿੱਚ ਸਰਕਾਰ ਨੇ 20 ਬੰਦੇ ਅਲਾਓ ਕੀਤੇ ਹੋਏ ਨੇ, 20 ਤੋਂ ਵੱਧ ਨਾ ਇਕੱਠੇ ਕੀਤੇ ਜਾਣ। ਪਰ ਕੁਝ ਲੋਕ ਅਜੇ ਵੀ ਇਹੋ ਜਿਹੇ ਨੇ ਜਿਹੜੇ ਇਸ ਨੂੰ ਬਿਮਾਰੀ ਨੂੰ ਅਜੇ ਕੋਈ ਬਹੁਤਾ ਸੀਰੀਅਸਲੀ ਨਹੀਂ ਲੈ ਰਹੇ, ਜਿਹਦੇ ਕਰਕੇ ਸਾਡੇ ਕਾਫੀ ਸਟੇਟ ਦਾ ਵੀ ਔਰ ਕੰਟਰੀ ਦਾ ਵੀ ਨੁਕਸਾਨ ਹੋ ਰਿਹਾ। ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਆਪਣੇ ਲਈ ਨਹੀਂ ਤਾਂ ਘੱਟੋ ਘੱਟ ਸਾਡੇ ਦੇਸ਼ ਲਈ, ਸਾਡੇ ਸਟੇਟ ਲਈ ਇਸ ਚੀਜ਼ ਨੂੰ ਧਿਆਨ ਵਿੱਚ ਰੱਖਣ ਅਤੇ ਇਸ ਮਹਾਂਮਾਰੀ ਦਾ ਅਸੀਂ ਘੱਟਾ। ਇਹ ਜਿਹੜੀਆਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਇਹ ਆਈਆਂ ਨੇ ਕਿ 7 ਸਾਲ ਤੋਂ ਘੱਟ ਸਜ਼ਾ ਵਾਲਿਆਂ ਨੂੰ ਤੁਸੀਂ ਗ੍ਰਿਫਤਾਰ ਕਰਕੇ ਆਪਣੀ ਕਸਟੱਡੀ ਵਿੱਚ ਨਹੀਂ ਰੱਖਣਾ। ਇਹ ਜਿਹੜੇ ਜੁਰਮ ਨੇ ਇਹ ਬੇਲੇਬਲ ਨੇ, ਇਹਨਾਂ ਜੁਰਮਾਂ ਦੇ ਵਿੱਚ ਉਹਨਾਂ ਦੀ ਘਰ ਤੋਂ ਹੀ ਬੇਲ ਹੋ ਜਾਂਦੀ ਹੈ, ਤਾਂ ਉਹ ਥਾਣੇਦਾਰ ਵੱਲੋਂ ਜਿਹੜੇ ਅਰੈਸਟ ਆ ਉਹ ਘਰ ਤੋਂ ਕਰਕੇ ਜਿਹੜੀ ਅੱਗੇ
ਜਿਹੜੀ ਪ੍ਰੋਸੀਡਿੰਗ ਹੈ ਸਾਡੀ ਅਸੀਂ ਉਹ ਕੰਪਲੀਟ ਕਰ ਲੈਂਦੇ ਹਾਂ। ਨਹੀਂ ਇਹ ਵਜ੍ਹਾ ਨਹੀਂ ਹੋ ਸਕਦੀ, ਐਫ ਆਈ ਆਰ ਤਾਂ ਐਫ ਆਈ ਆਰ ਹੀ ਹੈ, ਪਰ ਇਹ ਮੈਂ ਸਮਝੂੰਗਾ ਕਿ ਲੋਕਾਂ ਦੀ ਨਾ ਸਮਝੀ। ਕੱਲ੍ਹ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਸੀ ਹੋਈ। ਇੱਕ ਮਹਾਂਵੀਰ ਸਾਡੇ ਜੰਜ ਘਰ ਹੈ ਇੱਥੇ ਧਰਮਸ਼ਾਲਾ, ਉਹਦੇ ਵਿੱਚ ਇੱਕ ਵਿਆਹ ਹੋ ਰਿਹਾ ਸੀ ਜਿਹਦੇ ਵਿੱਚ ਤਕਰੀਬਨ 100 ਤੋਂ 150 ਬੰਦਾ ਸੀ ਵਿਆਹ ਦੇ।